ਪਿਆਰ ਵਿੱਚ ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਮੈਡਮ ਕਮਲਜੀਤ। ਬੇਟਾ ਆਪਾਂ ਸਿੱਖ ਰਹੇ ਹਾਂ ਪੰਜਾਬੀ ਦੀ ਵਰਨਮਾਲਾ। ਅਸੀਂ ਪੰਜਾਬੀ ਦੀ ਵਰਨਮਾਲਾ ਦੇ ਪਹਿਲੇ 10 ਅੱਖਰ ਸਿੱਖ ਚੁੱਕੇ ਹਾਂ, ਓੜੇ ਤੋਂ ਲੈ ਕੇ ਉਵੇਂ ਤੱਕ। ਬੇਟਾ ਉਹਨਾਂ ਅੱਖਰਾਂ ਦੀ, ਸਿੱਖੇ ਹੋਏ ਅੱਖਰਾਂ ਦੀ ਅਸੀਂ ਅੱਜ ਦੁਹਰਾਈ ਕਰਾਂਗੇ, ਰਿਵੀਜ਼ਨ ਕਰਾਂਗੇ, ਤਾਂ ਜੋ ਤੁਸੀਂ ਉਹਨਾਂ ਅੱਖਰਾਂ ਨੂੰ ਚੰਗੀ ਤਰ੍ਹਾਂ ਪਹਿਚਾਣ ਸਕੋ। ਅਤੇ ਆਓ ਆਪਾਂ ਸ਼ੁਰੂ ਕਰੀਏ। ਹਾਂਜੀ ਬੱਚੇ, ਦੇਖੋ ਅੱਖਰਾਂ ਨੂੰ ਪਛਾਣੋ ਅਤੇ ਗੋਲਾ ਲਾਓ। ਇਹ ਅੱਖਰ ਦਿੱਤੇ ਆ ਬੇਟਾ ਆਪਾਂ ਜਿਹੜੇ ਸਿੱਖੇ ਹੋਏ ਆ, ਅਤੇ ਇਹਨਾਂ ਅੱਖਰਾਂ ਨੂੰ ਅਸੀਂ ਇਹਨਾਂ ਦੇ ਵਿੱਚੋਂ ਪਹਿਚਾਣ ਕੇ ਇਹਦੇ ਨਾਲ ਮਿਲਦੇ ਜੁਲਦੇ ਅੱਖਰ ਨੂੰ ਅਸੀਂ ਗੋਲਾ ਲਗਾਉਣਾ ਹੈ। ਠੀਕ ਆ, ਅਤੇ ਆਓ ਆਪਾਂ ਦੇਖੀਏ ਇਹ ਪਹਿਲਾ ਅੱਖਰ ਕਿਹੜਾ ਹੈ। ਐੜਾ, ਐੜਾ ਅੰਬ, ਐੜਾ ਅਨਾਰ, ਇਹ ਹੈ ਐੜਾ। ਇਹਦੇ ਵਿੱਚੋਂ ਆਪਾਂ ਦੇਖੋ ਪੜ੍ਹੀਏ ਹੁਣ, ਐੜਾ, ਇਹ ਐੜੇ ਨਾਲ ਮਿਲਦਾ ਹੈ। ਸੱਸਾ, ਕੱਕਾ, ਐੜਾ, ਈੜੀ, ਐੜਾ, ਇਹਦਾ ਮਤਲਬ ਇਹ ਐੜਾ ਇਹ ਵੀ ਮਿਲਦਾ ਹੈ। ਇਹਨੂੰ ਅਸੀਂ ਕੀ ਕਰਾਂਗੇ, ਸਰਕਲ ਕਰਾਂਗੇ, ਗੋਲਾ ਲਗਾਵਾਂਗੇ। ਸੱਸਾ ਕੱਕਾ ਨਹੀਂ ਮਿਲਦਾ, ਫਿਰ ਹੈ ਆੜਾ, ਇਹਨੂੰ ਵੀ ਅਸੀਂ ਗੋਲਾ ਲਗਾਇਆ, ਈੜੀ, ਫਿਰ ਐੜਾ ਆ ਗਿਆ। ਠੀਕ ਹੈ, ਅਤੇ ਇਸ ਤੋਂ ਅੱਗੇ ਆ ਗਿਆ ਬੇਟਾ ਊੜਾ। ਇਸ ਤੋਂ ਅੱਗੇ ਕੀ ਆ ਗਿਆ, ਊੜਾ। ਚਲੋ ਆਪਾਂ ਸੀਰੀ ਪੜ੍ਹੀਏ ਪਹਿਲਾਂ, ਸੱਸਾ ਊੜਾ, ਐੜਾ ਊੜਾ, ਊੜਾ ਐੜਾ। ਅਤੇ ਅਸੀਂ ਇੱਥੇ ਕੀ ਕਰਾਂਗੇ, ਊੜਾ, ਊੜੇ ਨਾਲ ਕਿਹੜਾ ਅੱਖਰ ਮਿਲ ਗਿਆ, ਏ ਵਾਲਾ। ਊੜੇ ਨਾਲ ਅਸੀਂ ਕੀ ਬਣਾਇਆ, ਊੜਾ। ਊੜੇ ਨਾਲ ਅਸੀਂ ਕੀ ਮਿਲਾਇਆ, ਊੜਾ। ਇਹ ਸਾਰੇ ਕੀ ਹੋ ਗਏ, ਊੜਾ। ਸਾਰੇ ਬੱਚਿਆਂ ਨੇ ਪਹਿਚਾਣ ਲਿਆ ਅੱਖਰ। ਇਸ ਤੋਂ ਅੱਗੇ ਹੈ ਸੱਸਾ, ਇਸ ਤੋਂ ਅੱਗੇ ਕੀ ਹੈ, ਸੱਸਾ, ਸੱਸਾ, ਈੜੀ, ਸੱਸਾ, 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 ਇਹਨੂੰ ਵੀ ਆਪਾਂ ਕੀ ਕਰਾਂਗੇ, ਸ, ਇਹਨੂੰ ਆਪਾਂ, ਇਹਦੀ ਆਵਾਜ਼ ਕੀ ਹੈ, ਸ, ਇਹਦੀ ਆਵਾਜ਼ ਸੱਸਾ, ਸੱਸਾ, ਸ, ਸੱਸਾ, ਸ, ਕੱਕਾ, ਕ, ਹਾ ਹਾ, ਹ, ਸੱਸਾ, ਸ, ਇਹ ਵੀ ਆਪਣਾ ਸੱਸਾ, ਸ, ਇਹ ਹੋ ਗਿਆ ਸੱਸੇ ਨਾਲ। ਇਸ ਤੋਂ ਅੱਗੇ ਹੈ ਕੱਕਾ, ਕੱਕਾ ਕਬੂਤਰ, ਕੱਕਾ ਕੁਰਸੀ। ਦੇਖੋ ਕੱਕਾ ਅਮਾ, ਕੱਕਾ ਕੱਗਾ, ਈੜੀ, ਕੱਕਾ, 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 ਕ, ਕ, ਇਹਨੂੰ ਅਸੀਂ ਕੀ ਕਰਾਂਗੇ, ਕ ਨਾਲ ਮਿਲਾ ਦਿੱਤਾ, ਕ, ਕ, ਅਮਾ, ਕ, ਕੱਕਾ, ਕ, ਇਹ ਵੀ ਸਾਡਾ ਕੱਕੇ ਨਾਲ ਮਿਲ ਗਿਆ, ਕੱਕਾ, ਕ, ਕੱਗਾ, ਈੜੀ, ਕੱਕਾ, ਇਹ ਵੀ ਕੱਕੇ ਨਾਲ ਮਿਲ ਗਿਆ, ਇਹਨੂੰ ਵੀ ਅਸੀਂ ਕੀ ਕਰਾਂਗੇ, ਕੱਕਾ, ਕ। ਇਸ ਤੋਂ ਹੈ ਬੇਟਾ ਗੱਗਾ, ਗੱਗਾ ਗਮਲਾ, ਗੱਗਾ ਗਮਲਾ, ਗੱਗਾ ਗਾਜਰ, ਹਾਹਾ, ਗੱਗਾ, ਗੱਗਾ, ਗ, ਇਹ ਵੀ ਮਿਲ ਗਿਆ, ਗੱਗਾ, ਗ, ਗੱਗਾ, ਗੱਗਾ, ਇਹਨੂੰ ਵੀ ਅਸੀਂ ਕੀ ਕਰਾਂਗੇ, ਗੱਗਾ, ਗ, ਗ, ਸੱਸਾ, ਸ, ਕੱਕਾ, ਕ, ਗੱਗਾ, ਗ, ਗੱਗਾ ਔਰ ਗੱਗਾ, ਇਹ ਵੀ ਕੀ ਹੋਇਆ, ਇਹਨੂੰ ਵੀ ਅਸੀਂ ਕੀ ਕੀਤਾ, ਸਰਕਲ ਗੋਲਾ ਲਗਾਇਆ। ਇਸ ਤੋਂ ਅੱਗੇ ਹੈ ਹਾਹਾ, ਹਾਹਾ ਹਾਥੀ, ਹਾਹਾ ਹਾਥੀ, ਗੱਗਾ ਗ, ਐੜਾ ਅ, ਹਾਹਾ ਹ, ਹਾਹਾ ਹ, ਹਾਹਾ ਹ, ਇਹ ਵੀ ਕੀ ਹੋ ਗਿਆ, ਇਹ ਵੀ ਸਰਕਲ ਲੱਗ ਗਿਆ, ਹਾਹਾ ਹ, ਹਾਹਾ ਹ, ਇਹ ਵੀ ਆਪਣਾ ਹਾਹਾ ਹੋ ਗਿਆ, ਹਾਹਾ ਹਾਹਾ, ਇਹ ਵੀ ਹਾਹੇ ਨਾਲ ਮਿਲ ਗਿਆ, ਐੜਾ ਅ। ਇਸ ਤੋਂ ਅੱਗੇ ਹੈ ਕੱਗਾ, ਕੱਗਾ, ਕੱਗਾ ਕੀ ਸੀ ਬੇਟਾ, ਕੱਗਾ ਸੀ ਕੜਾ, ਕੱਗਾ ਸੀ ਕੋੜਾ, ਕ, ਕ, ਕੱਗਾ, ਕ, ਦੇਖੋ ਪਹਿਲਾਂ ਹੀ ਪਿਆ ਹੈ ਕੱਗਾ, ਕ, ਕ, ਗੱਗਾ, ਗ, ਕੱਗਾ, ਕ, ਕੱਗਾ,
क सस्ता स एड़ा अ क गा क ए भी असी की करांगे इनू भी असी गोला लगावांगे। देखो अगे अखीर ते की अक्षर है खखा खखा ख ख खरगोश उड़ा उ कका क खखा ख खखा ख खखा ख ए भी असी की करांगे इनू भी सर्कल लगावांगे गगा ग खखा ख खखा ख खखा ख ए भी की हो गया ए भी अक्षर मिल गया खखा ख खखा ख ते ए भी बेटा अपना अक्षर मिल गया। बेटा ए सी अपने अक्षर वाला चार्ट जेड़ा असी मिला के एक दूसरे नाल अक्षर मिलाए आ जोड़े आ हुण असी लईए घर दा काम। ये तुहाडी पंजाबी दी पाठ पुस्तक है ये आपां किन्ना किता है अज पन्ना नंबर 26 ये देखो ए वाला पार्ट आपां ए वाला हिस्सा अज असी कर चुके हैं। इस तों अगे की है बेटा देखो पढ़ो भुलावे अखरां विच रंग भरो जिहड़े अखर असी सिखे आ पहचाने आ उन्हां अखरां दे विच असी रंग भरना है। बेटा ये तुहाडा घर दा काम है तुसी इन्हां ते जरूर रंग भरना है सोहने सोहने रंग भरने हैं।